ਲੱਗੇ ਗੱਲ ਪੱਤਰਕਾਰ ਪ੍ਰੀਤ ਸਿੰਘ ਸੈਣੀ ਦਾ ਅੰਤਿਮ ਸੰਸਕਾਰ ਕੀਤਾ ਗਿਆ, ਅੰਤਿਮ ਅਰਦਾਸ ਉਸਦੀ ਕੀਤੀ ਗਈ ਔਰ ਉਸ ਵੇਲੇ ਉਸਦਾ ਪੂਰਾ ਪਰਿਵਾਰ ਉਸਦੇ ਉਸਦੇ ਸਮਰਥਕ ਉੱਥੇ ਮੌਜੂਦ ਸਨ। ਸੰਸਕਾਰ ਕਰ ਦਿੱਤਾ ਗਿਆ ਪਰ ਗੁੱਥੀ ਅਜੇ ਤੱਕ ਉਸੇ ਤਰ੍ਹਾਂ ਉਲਝੀ ਪਈ ਹੋਈ ਹੈ। ਹਾਲਾਂਕਿ ਘਰ ਦੇ ਅੰਦਰ CCTV ਕੈਮਰਾਜ਼ ਜਿਹੜੇ ਨੇ ਉਹ ਸਾਰੇ ਪੁਲਿਸ ਦੇ ਕੋਲ ਨੇ, ਪੁਲਿਸ ਤਫਤੀਸ਼ ਕਰ ਰਹੀ ਹੈ ਇਸ ਮਾਮਲੇ ਨੂੰ ਲੈ ਕੇ। ਪੋਸਟਮਾਰਟਮ ਕਰ ਲਿਆ ਗਿਆ ਔਰ ਪੋਸਟਮਾਰਟਮ ਦੀ ਰਿਪੋਰਟ ਜਿਹੜੀ ਹੈ ਉਸਦੀ ਉਡੀਕ ਕੀਤੀ ਜਾ ਰਹੀ ਹੈ, ਕਿਉਂਕਿ 10 ਕੁ ਦਿਨ ਦਾ ਸਮਾਂ ਜਿਹੜਾ ਉਹ ਲੱਗਣਾ ਨਿਰਧਾਰਿਤ ਦੱਸਿਆ ਗਿਆ। ਬਿਸਰੇ ਜਿਹੜੇ ਨੇ ਉਹ ਅੱਗੇ ਹੋਣੇ ਨੇ ਲੈਬੋਰਟਰੀ ਤੋਂ ਅਤੇ ਉਸ ਤੋਂ ਬਾਅਦ ਸਾਰੀ ਜਾਣਕਾਰੀ ਵਿਸਥਾਰਪੂਰਵਕ ਸਾਹਮਣੇ ਆ ਸਕਦੀ ਹੈ। ਪਰ ਫਿਲਹਾਲ ਪ੍ਰੀਤ ਸਿੰਘ ਸੈਣੀ ਦੀ ਅਚਾਨਕ ਹੋਈ ਮੌਤ ਆਪਣੇ ਆਪ ਦੇ ਵਿੱਚ ਇੱਕ ਗੁੱਥੀ ਬਣੀ ਹੋਈ ਹੈ ਜਿਹੜੀ ਸੁਲਝਾਉਣੀ ਬਹੁਤ ਜ਼ਰੂਰੀ ਹੈ। ਪ੍ਰੀਤ ਸਿੰਘ ਸੈਣੀ ਇੱਕ ਇਹੋ ਜਿਹਾ ਪੱਤਰਕਾਰ ਸੀ ਜਿਸ ਆਧਾਰ ਦੇ ਉੱਤੇ ਕਿਹਾ ਜਾ ਸਕਦਾ ਹੈ ਕਿ ਉਸਦਾ ਨੇਚਰ, ਉਸਦਾ ਸੁਭਾਅ ਥੋੜ੍ਹਾ ਗਰਮ ਸੀ। ਹਾਲਾਂਕਿ ਪ੍ਰੀਤ ਸਿੰਘ ਸੈਣੀ ਪੰਜਾਬ ਦੇ ਉਹਨਾਂ ਸੁਹਿਰਦ ਪੱਤਰਕਾਰਾਂ ਦੇ ਵਿੱਚੋਂ ਜਾਣਿਆ ਜਾਂਦਾ ਹੈ ਜਿਹੜੇ ਪੱਤਰਕਾਰ ਪੰਜਾਬ ਦੇ ਹਿੱਤ ਵਾਸਤੇ, ਪੰਜਾਬ ਦੇ ਹੱਕ ਵਾਸਤੇ ਡਟਦੇ ਨੇ, ਖੜ੍ਹਦੇ ਨੇ ਔਰ ਖਾਸ ਕਰਕੇ ਇਤਿਹਾਸ ਨੂੰ ਲੈ ਕੇ, ਪੰਥ ਨੂੰ ਲੈ ਕੇ ਜ਼ਿਆਦਾ ਸੁਹਿਰਦ ਨੇ ਔਰ ਪੰਥਕ ਪੱਧਰ ਦੇ ਉੱਤੇ ਜੋ ਘਪਲੇ ਚੱਲ ਰਹੇ ਨੇ ਉਹਨਾਂ ਨੂੰ ਉਜਾਗਰ ਕਰਨ ਵਾਸਤੇ ਪ੍ਰੀਤ ਸਿੰਘ ਸੈਣੀ ਜਾਣਿਆ ਜਾਂਦਾ ਸੀ। ਇਹੋ ਜਿਹੀਆਂ ਤਮਾਮ ਵੀਡੀਓਜ਼ ਪ੍ਰੀਤ ਸਿੰਘ ਸੈਣੀ ਦੀਆਂ ਨੇ ਜਿਸ ਦੇ ਵਿੱਚ ਉਹਨਾਂ ਨੇ ਆਵਾਜ਼ ਚੁੱਕੀ, ਪੰਥਕ ਮੁੱਦਿਆਂ ਦੇ ਉੱਤੇ ਆਵਾਜ਼ ਚੁੱਕੀ ਔਰ ਕੁਰਸੀਆਂ 'ਤੇ ਬੈਠੇ ਹੋਏ ਨੁਮਾਇੰਦਿਆਂ ਨੂੰ ਉਸ ਆਵਾਜ਼ ਦੇ ਘਰਾਂ ਦੇ ਵਿੱਚ ਲਿਆਂਦਾ। ਪਰ ਇਹਨਾਂ ਸਾਰੀਆਂ ਵੀਡੀਓਜ਼ ਦੇ ਮੱਦੇਨਜ਼ਰ, ਉਹਨਾਂ ਦੀ ਸਾਰੀ ਰਿਸਰਚ ਦੇ ਮੱਦੇਨਜ਼ਰ ਔਰ ਉਹਨਾਂ ਦੇ ਲਗਾਏ ਇਲਜ਼ਾਮਾਂ ਦੇ ਮੱਦੇਨਜ਼ਰ ਇਹੀ ਜਾਣਿਆ ਜਾ ਸਕਦਾ ਕਿ ਪ੍ਰੀਤ ਸਿੰਘ ਸੈਣੀ ਆਪਣੀਆਂ ਇਹਨਾਂ ਵੀਡੀਓਜ਼ ਦੇ ਵਿੱਚ ਜ਼ਰਾ ਗਰਮੀ ਵਰਤ ਜਾਂਦੇ ਸੀ, ਜ਼ਰਾ ਤੈਸ਼ ਵਰਤ ਜਾਂਦੇ ਸੀ, ਜਿਸ ਕਾਰਨ ਪ੍ਰੀਤ ਸਿੰਘ ਸੈਣੀ ਦੇ ਦੁਸ਼ਮਣ ਬਣਨੇ ਵੀ ਸੁਭਾਵਿਕ ਹੋ ਸਕਦੇ ਨੇ। ਪ੍ਰੀਤ ਸਿੰਘ ਸੈਣੀ ਦੇ ਜਾਨੀ ਦੁਸ਼ਮਣ ਬਣਨੇ ਵੀ ਸੁਭਾਵਿਕ ਹੋ ਸਕਦੇ ਨੇ। ਪਰ ਇੱਥੇ ਵੱਡਾ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਇਹ ਮੌਤ ਜਿਹੜੀ ਪ੍ਰੀਤ ਸਿੰਘ ਸੈਣੀ ਦੀ ਹੋਈ ਹੈ, ਕੀ ਉਹ ਨੈਚੁਰਲ ਹੈ? ਲਗਾਤਾਰ ਇੱਕ ਇਲਜ਼ਾਮ ਲਗਾਇਆ ਜਾਂਦਾ ਹੈ ਕਿ ਪ੍ਰੀਤ ਸਿੰਘ ਸੈਣੀ ਦੀ ਜਿਹੜੀ ਇਹ ਮੌਤ ਹੈ ਉਹ ਨੈਚੁਰਲ ਨਹੀਂ ਹੈ। ਇਸ ਨੂੰ ਲੈ ਕੇ ਭਾਈ ਸੁਖਜੀਤ ਸਿੰਘ ਖੋਸਾ ਨੇ ਵੀ ਕਈ ਇੰਟਰਵਿਊਜ਼ ਦੇ ਦਿੱਤੀਆਂ ਨੇ, ਉਸ ਦੇ ਵਿੱਚ ਵੀ ਉਹਨਾਂ ਦਾ ਇਹੀ ਕਹਿਣਾ ਆ ਕਿ ਉਹ ਪ੍ਰੀਤ ਸਿੰਘ ਸੈਣੀ ਨੂੰ ਬੜੀ ਨੇੜਿਓਂ ਜਾਣਦੇ ਨੇ ਔਰ ਹਾਲ ਹੀ ਦੇ ਦਿਨਾਂ ਦੇ ਵਿੱਚ ਜੋ ਇੱਕਦਮ ਹੋਇਆ ਹੈ ਸਭ ਕੁਝ ਉਹ ਨੈਚੁਰਲ ਨਹੀਂ ਪ੍ਰਤੀਤ ਹੁੰਦਾ। ਹਾਲਾਂਕਿ ਉਹਨਾਂ ਨੇ ਕਿਹਾ ਆ ਕਿ ਅਜੇ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਕੀਤਾ ਜਾਣਾ ਚਾਹੀਦਾ ਆ, ਪਰ ਤਾਂ ਵੀ ਆਪਣੇ ਬਿਆਨਾਂ ਦੇ ਵਿੱਚ ਉਹਨਾਂ ਨੂੰ ਕੋਈ ਨਾ ਕੋਈ ਖਦਸ਼ਾ ਮਹਿਸੂਸ ਹੁੰਦਾ। ਪਰ ਇੱਥੇ ਸਵਾਲ ਇਹ ਖੜ੍ਹਾ ਹੁੰਦਾ ਕਿ ਕੀ ਪ੍ਰੀਤ ਸਿੰਘ ਸੈਣੀ ਦੀ ਮੌਤ ਨੈਚੁਰਲ ਹੈ? ਕੀ ਪ੍ਰੀਤ ਸਿੰਘ ਸੈਣੀ ਸੁਭਾਵਿਕ ਤੌਰ ਦੇ ਉੱਤੇ ਹੀ ਉਹਨਾਂ ਦਾ ਸਮਾਂ ਆ ਗਿਆ ਸੀ ਔਰ ਆਖਿਰਕਾਰ ਉਹ ਪਰਲੋਕ ਸਧਾਰ ਗਏ, ਜਾਂ ਫਿਰ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਹੈ, ਜਾਂ ਫਿਰ ਪ੍ਰੀਤ ਸਿੰਘ ਸੈਣੀ ਨੂੰ ਕਿਸੇ ਨੇ ਸ਼ਿਕਾਰ ਬਣਾਇਆ, ਪ੍ਰੀਤ ਸਿੰਘ ਸੈਣੀ ਦੇ ਖਿਲਾਫ ਇਹ ਸਾਜ਼ਿਸ਼ ਜਿਹੜੀ ਆ ਉਹ ਕੀਤੀ ਗਈ ਹੈ, ਇਹ ਸਵਾਲ ਖੜ੍ਹੇ ਹੋ ਰਹੇ ਨੇ। ਲਗਾਤਾਰ ਇਹ ਚਰਚਾਵਾਂ ਚੱਲ ਰਹੀਆਂ ਹੁੰਦੀਆਂ ਕਿ ਆਖਿਰਕਾਰ ਪ੍ਰੀਤ ਸਿੰਘ ਸੈਣੀ ਦੀ ਅਚਾਨਕ ਮੌਤ ਕਿਸ ਤਰ੍ਹਾਂ ਹੋਈ ਹੈ, ਅਤੇ ਹਰ ਕੋਈ ਹੁਣ ਉਹਨਾਂ ਵੀਡੀਓਜ਼ ਨੂੰ ਯਾਦ ਕਰ ਰਿਹਾ ਜਿਨ੍ਹਾਂ ਦੇ ਵਿੱਚ ਪ੍ਰੀਤ ਸਿੰਘ ਸੈਣੀ ਨੇ ਸਿੱਧੇ ਇਲਜ਼ਾਮ ਕੁਰਸੀ 'ਤੇ ਬੈਠੇ ਅਹੁਦੇਦਾਰਾਂ ਨੂੰ ਲਗਾਏ ਨੇ, ਜਿਹਦੇ ਵਿੱਚ ਪ੍ਰੀਤ ਸਿੰਘ ਸੈਣੀ ਨੂੰ ਡੈਫਮੇਸ਼ਨ ਦਾ ਕੇਸ ਵੀ ਝੱਲਣਾ ਪਿਆ, ਜਿਸ ਦੇ ਵਿੱਚ ਪ੍ਰੀਤ ਸਿੰਘ ਸੈਣੀ ਨੂੰ ਧਮਕੀਆਂ ਵੀ ਮਿਲਦੀਆਂ ਰਹੀਆਂ, ਫੋਨ ਉੱਤੇ ਗਾਲਾਂ ਸੁਣਨ ਨੂੰ ਮਿਲਦੀਆਂ ਰਹੀਆਂ। ਪਰ ਅੰਤ ਦੇ ਵਿੱਚ ਜਦੋਂ ਪ੍ਰੀਤ ਸਿੰਘ ਸੈਣੀ ਦੀ ਹੁਣ ਮੌਤ ਹੋਈ ਹੈ ਤਾਂ ਉਸਦੇ ਪਿੱਛੇ ਉਸਦੀ ਇੱਕ ਕੁੜੀ, ਉਸਦਾ ਪਰਿਵਾਰ ਉਸੇ ਤਰ੍ਹਾਂ ਰਹਿ ਗਏ ਨੇ। ਅੰਤ ਦੇ ਵਿੱਚ ਪ੍ਰੀਤ ਸਿੰਘ ਸੈਣੀ ਨੂੰ ਸਦਾ ਲਈ ਅਲਵਿਦਾ ਕਹਿੰਦੇ ਹੋਏ ਉਸਦੇ ਸਾਥੀਆਂ ਦੇ ਨਾਲ ਨਾਲ ਉਸਦਾ ਪਰਿਵਾਰ ਵੀ ਉੱਥੇ ਹੀ ਮੌਜੂਦ ਸੀ ਔਰ ਆਖਰੀ ਵਾਰ ਪ੍ਰੀਤ ਸਿੰਘ ਸੈਣੀ ਨੂੰ ਅਲਵਿਦਾ ਕਹਿੰਦਾ ਨਜ਼ਰ ਆਇਆ। ਲੰਘੇ ਕੱਲ੍ਹ ਅੰਤਿਮ ਸੰਸਕਾਰ ਜਿਹੜਾ ਕੀਤਾ ਗਿਆ ਆ ਉਹਦੀਆਂ ਤਸਵੀਰਾਂ ਸਾਹਮਣੇ ਆਈਆਂ, ਪ੍ਰੀਤ ਸਿੰਘ ਸੈਣੀ ਨੂੰ ਆਖਿਰਕਾਰ 5 ਤੱਥਾਂ ਦੇ ਵਿੱਚ ਵਿਲੀਨ ਕਰ ਦਿੱਤਾ ਗਿਆ। ਖੈਰ ਇਸ ਪੂਰੀ ਗੁੱਥੀ ਨੂੰ ਸੁਲਝਾਉਣ ਦੇ ਵਾਸਤੇ ਅਜੇ ਹੋਰ ਉਡੀਕ ਕਰਨੀ ਪਵੇਗੀ, ਪਰ ਸਵਾਲ ਅਜੇ ਵੀ ਉਸੇ ਤਰ੍ਹਾਂ
ਬਰਕਰਾਰ ਹੈ ਕਿ ਪ੍ਰੀਤ ਸਿੰਘ ਸੈਣੀ ਦੀ ਡੈਥ ਨੈਚੁਰਲ ਸੀ ਜਾਂ ਫਿਰ ਇੱਕ ਸੋਚੀ ਸਮਝੀ ਸਾਜ਼ਿਸ਼। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।